ਅੱਜ ਨਿੱਕਿਆਂ ਦਾ ਰਿਜ਼ਲਟ ਆ ਨਾਸਾ ਨੇ, ਅੱਜ ਜੇਨ ਦਾ ਨਤੀਜਾ ਆ, ਮੇਰੇ ਕੋਲ ਨਹੀਂ ਪਾਸ ਹੋਇਆ ਜਿਹੜੇ ਕੰਪੋੜੇ ਵਿੱਚ ਕਦਾ ਕਿਤਾਬ ਖੋਲੀ ਨਹੀਂ ਸਰ। ਓਹੋ ਫੇ ਖੁਦਾ ਕਰ ਦੁਆ ਕਰ ਪਾਸ ਹੋਈ ਕੁਛ ਹੈ, ਜੋ ਗੁਜਰਾ ਆਪ ਜੀ ਨੇ ਉਹ ਜਮਤੀ ਨਾ ਮੈਂ ਦੁਆ ਕਰਾਂ ਤੁਹਾਡੇ ਕੋਲ ਤੋਬਾ, ਇਹ ਪੜ੍ਹਨ ਨਾ ਮੈਂ ਐਵੇਂ ਦਵਾਵਾਂ ਕਰੀ ਕਰੀ। ਬਸ ਮੈਂ ਆਉਣਾ ਪਾਸ ਹੋਏ ਕਿੱਛਾ ਨਾ ਮੋਬਾਇਲ ਕੀ ਨਹੀਂ ਦਿਆ ਉਸ ਹੈਂ ਕੋਈ ਲੋੜ ਪੈਸੇ ਫਜ਼ੂਲ ਖਰਚ ਕਰਨੇ ਨਹੀਂ, ਪਾਸ ਹੋਈ ਗਿਆ ਸੀ ਬੜੀ ਕਮਾਈ ਕਰਤੀ, ਮੈਂ ਪਾਸ ਹੋਈ ਗਿਆ, ਮੈਂ ਪਾਸ ਹੋਈ ਗਿਆ, ਇਹ ਪਾਸ ਹੋਈ ਗਏ, ਹਾਂ ਮੈਂ ਪਾਸ ਹੋਈ ਗਿਆ, ਮਾਸ਼ਾਅੱਲਾ ਮਾਸ਼ਾਅੱਲਾ। ਨਾ ਕਰ, ਇਹਦੇ ਨੰਬਰ ਆਏ ਨਹੀਂ, 412 ਨੰਬਰ। ਆ ਮਾਸ਼ਾਅੱਲਾ ਸ਼ਹਿਜ਼ਾਦਾ ਪੁੱਤਰ ਪਾਸ ਹੋਈ ਗਿਆ, ਮੀ ਕੀ ਪਤਾ ਸਾ ਤੂੰ ਪਾਸ ਹੋਸੇ, ਇਹ ਰਾਤੀ ਪੂਰੀ ਕਿਤਾਬਾਂ ਖੋਲੀ ਰੱਖਣ ਵਾਲਾ ਸਾ ਸ਼ਹਿਜ਼ਾਦਾ ਮਾਸ਼ਾਅੱਲਾ। ਔਰ ਆ ਨੰਬਰ ਕਿਤਨੇ ਕੀ ਦੇ, ਮਾੜੇ ਦੋਸਤੋ ਸਾਰਿਆਂ ਨੂੰ ਜ਼ਿਆਦਾ ਮਾੜੇ ਨੰਬਰ ਹੈ, ਤੁਹਾਡੇ ਕਿਤੇ ਦਿੱਤਾ ਅੱਜ ਮੀ ਪਤਾ ਖਿਆ ਨਾ, ਮੀ ਪੂਰਾ ਯਕੀਨ ਸਾ ਪਾਸ ਹੋਸੀ, ਤੂੰ ਕਿਹੜਾ ਲਾਇਆ ਸਾ ਝੂਠੀਏ ਝੂਠ ਮਾਰ ਲਈਏ। ਇੱਧਰ ਆ ਇੱਧਰ ਆ, ਸੁੱਕੇ ਟਾਂਡੀ ਕੀ ਪਾਈ ਇੱਥੋਂ ਸੜੀ ਸੀ ਨਾ ਪਤਾ ਲੱਗ ਸੀ, 412 ਨੰਬਰ ਕਿੱਦੇ ਮਾਰ ਪੁੱਤਰ ਹੈ ਤੇ ਖੈ ਸੜੀ ਗਿਆ ਸੀ ਜੀਪ ਰੇ ਦੇਖੋ ਸਾੜੀ ਇੱਥੋਂ ਬਿਸਕੁਟ ਛੋੜੀ ਗਈ ਪਹਿਲਾਂ ਖਾਈ ਗਈ ਰੱਖੇ ਸਰ। ਹੇ ਸੁੱਕਾ ਟਾਂਡਾ ਕੁਦਰ ਗਈਏ ਜੀ ਬਾਜੀ ਠੀਕੀਏ, ਹਾਂ ਹਾਂ ਖੁਸ਼ ਸੀ ਤਾਂ ਸਹੀ ਨਾ ਮੇਰਾ ਪੁੱਤਰ ਪਾਸ ਹੋਇਆ, ਪਤਾ ਕਿਤਨੇ ਨੰਬਰ ਕਿੱਦੇ, ਢਾਈ ਮਾਰਖਾਂ ਸੱਤ ਸੱਤ ਮਾਰਖਾਂ, ਕਿਤਨੇ ਨੰਬਰ ਕਿੱਦੇ ਸਰ, 412 ਨੰਬਰ ਕਿੱਦੇ, ਵਾਹ ਜੀ ਵਾਹ ਮਾਸ਼ਾਅੱਲਾ ਮਾਸ਼ਾਅੱਲਾ ਵਾਹ ਜੀ ਵਾਹ, ਤੂੰ ਮਿਠਾਈ ਖਲਾਸੋ ਨਾ, ਕਿਉਂ ਨਾ ਖਲਾਸਾ ਮਿਠਾਈ, ਤੁਹਾਡੀ ਨੀ ਧੀ ਨੀ ਬਣੀ ਹੋਣੀ ਸੀ ਨੌਵੀਂ ਚ, ਹਾਂ ਮਾੜੀ ਧੀ ਪਾਸ ਹੋਈ, ਉਸ ਕਿਤਨੇ ਨੰਬਰ ਕਿੱਦੇ, 400 ਪਤਾ ਨੀ 13 ਦੱਸਣੀ ਪਈ ਸੀ, ਕਿਤਨੇ 413 412 ਤੇ 413 ਬਰਫੀ ਨੀ ਹੋਣੀ ਸੋਹਣੀ, ਠੀਕ ਹੈ ਠੀਕ ਹੈ ਚੱਲ ਸਹੀ ਆ ਮੇਰੇ ਆਟਾ ਗੁੰਸਾ ਪੈਸੇ ਮੋੜੀ ਦੇ, ਤੁਸਾਂ ਇਸ ਕਾਬਲ ਨੇ ਪੈਸੇ ਦਿਆ ਤੁਸਾਂ ਕੀ ਕਿਆ ਵਾ, ਉਹ ਤਾਂ ਖਰਾ ਉਸਨੀ ਕੁੜੀ ਸੁੱਕੇ ਟਾਂਡੇ ਨੀ, ਕਿਸਾ ਨੰਬਰ ਕਿੱਦਾਂ ਸਾ, ਕਿਹਦੇ ਨੰਬਰ ਕਿੱਦਾਂ ਸਰ, 413 ਨੰਬਰ ਕਿੱਦਾਂ, ਤੂੰ 412 ਇੱਕ ਨੰਬਰ ਕਿਉਂ ਕੱਢ ਕੇ ਦਾਈ ਸਕਲੂ, ਉਹ ਇੱਕ ਨੰਬਰਾਂ ਲੱਗਾ ਫਰਕ ਪੈਣਾ, ਬਹੁਤ ਫਰਕ ਪੈਣਾ, ਮੈਂ ਉੱਥੇ ਪਤਾ ਨਹੀਂ ਕਿਸਾ ਸ਼ਰਮਾ ਨੱਕਣ ਦਾ ਖਲਤੀ ਰਹੀਆਂ, ਦਿਲ ਕਰਨਾ ਸਾ ਤੁਸੀਂ ਛਾਲ ਮਾਰੀ ਪੂਰੀ ਗਈ ਹੋ ਯਾਰ, ਦੁੱਖ ਪੈਸਿਆਂ ਦਾ ਨਹੀਂ,
ਮੈਂ ਤਾਂ ਘਰ ਵਾਲੇ ਖੁਸ਼ ਹੋ ਸਨ ਕਿ ਮੈਂ ਰਿਜ਼ਲਟ ਆਇਆ ਪਾਸ ਹੋ ਗਿਆ, ਕਿਉਂਕਿ ਮਾੜੀ ਕੰਡੀਸ਼ਨ ਤਾਂ ਘਰ ਵਾਲੇ ਨਹੀਂ ਲਾਉਣਾ ਮੈਨੂੰ ਪਾਸ ਹੋ ਸਾਂ, ਲੇਕਿਨ ਪੈਸੇ ਤਾਂ ਅਸਨੇ ਗੱਸਨੇ ਰਹੇ। ਅੱਜ ਖੁਸ਼ੀ ਨਾਲ ਦਿਹਾੜਾ ਸਾਂ, ਨਿਕਲਾਉਣਾ ਸਾਂ ਖੁਸ਼ ਹੋ ਕੇ ਨਾਲ, ਲੇਕਿਨ ਬਿਸਕਟ ਤਾਂ ਮੈਂ ਰੱਖਿਆ ਸੀ ਕੁਦਰ ਗਏ ਆ ਪੇ ਵੇਰੀ ਨਾ। ਵੈਸੇ ਇੱਕ ਗੱਲ ਸੁਣ, ਤੂੰ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾ, ਇੱਕ ਨੰਬਰ ਹੈ ਪਿੱਛਾ ਤੂੰ ਆਪਣੀ ਔਲਾਦ ਕੀ ਨਾਰਾਜ਼ ਵੀ ਕੀਤਾ, ਉਹਨੇ ਕੋਲ 1000 ਰੁਪਈਆ ਚੇਕ ਦੇਈ, 1000 ਰੁਪਈਆ ਤੂੰ 10 ਰੁਪਈਏ ਦੇ ਜਾਂ 1 ਲੱਖ ਰੁਪਈਆ ਦੇ, ਤੂੰ ਮੋੜੀ ਨਹੀਂ ਕਿੰਨਾ ਚਾਹੀਦਾ ਸਾ, ਉਸ ਨਾਲ ਖੁਸ਼ੀ ਨਾਲ ਦਿਹਾੜਾ ਸਾ, ਅੱਜ ਤੂੰ ਕਿਸ ਤਰ੍ਹਾਂ ਦੇਈ ਮੋੜੀ ਕੇ ਦੇ, ਜਿਹੜਾ ਔਲਾਦ ਖੁਸ਼ ਹੋਇਆ ਨਾ ਉਸ ਦੀ ਖੁਸ਼ ਹੋਣ ਦੇ ਆਪਣੇ ਥੋੜ੍ਹੀ ਦੇਰ ਵਾਸਤੇ, ਉਹ ਅਫਸੋਸ ਹੈ ਵੈਸੇ ਗੋ ਹੁਣ ਦੇ ਤਾਸ, ਤੂੰ ਰੋਲਾ ਬਾਈ ਸਕਣੀ ਸੀ ਪੈਸੇ ਨੇ ਕਿ ਨਹੀਂ ਸਕਣੀ ਸੀ, ਹਾਏ ਕਿਆ ਕਰਨੀ ਵਿੱਚ ਰੋਣ ਆ ਗਿਆ ਸੀ, ਉਹਦੀ ਆਵਾਜ਼ਾਂ ਮਾਰਨੀ ਵੀ ਆਇਆ ਕੋਨੇ, ਹਾਂ ਪੈਸੇ ਮੈਂ ਵੀ ਆਖਣੀ ਸੀ, ਖੁਸ਼ੀ ਹੋਈ ਮੀ ਕੀ ਮਿਠਾਈ ਖਲਾਸੇ ਮੋ ਕੀ ਤੇ ਸੂਰਤ ਲਮਹਾਤ ਕੋ ਕਭੀ ਜ਼ਾਇਆ ਮਤ ਕਰ, ਲੋਕ ਤਰਸ ਜਾਂਦੇ ਕੁਛ ਸੀ ਲਗਨ ਇਸ ਲਮਹੇ ਉਮੀਦ ਹੈ ਤੁਸੀਂ ਸਾਰੇ ਕਿ ਇਹ ਵੀਡੀਓ ਚੰਗੀ ਲਈ ਜਾਂ ਸੀ, ਤੁਸੀਂ ਸਾਰੇ ਵੀ ਆਪਣੀ ਔਲਾਦ ਨਾਲ ਸਹੀ ਕਰਿਆ ਕਰੋ, ਤੈ ਮੈਂ ਤੁਹਾਨੂੰ ਪਤਾ ਸਭ ਬਾਬੇਰਾ ਦੱਸਿਆ ਕਰਿਆ ਕਰਿਆ ਦਿਮਾਗ ਚੱਲਣਾ ਨੇ, ਅਤੇ ਮਿਲਣੇ ਹਾਂ ਅਗਲੀ ਵੀਡੀਓ ਵਿੱਚ, ਦੁਆ ਵਿੱਚ ਯਾਦ ਰੱਖਿਆ ਹੈ ਜਿਹਨਾਂ ਜਿਹਨਾਂ ਨੇ ਬੱਚੇ ਸੱਚੇ ਜਿਹੜੇ ਜਿਹੜੇ ਪਾਸ ਵਰਕਾਂ